ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ ਅੱਜ ਦਾਸ ਰੰਗਲੇ ਸੱਜਣ ਇਸ ਟੌਪਿਕ ਦੇ ਅਧੀਨ ਦੋ ਐਸੀਆਂ ਗੁਰਮੁਖ ਪਿਆਰੀਆਂ ਰੂਹਾਂ ਦੇ ਦਰਸ਼ਨ ਦਿਦਾਰੇ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ ਜਿਹੜੇ ਨਾਮ ਰੰਗ ਵਿੱਚ ਗਰੂੜ ਸੀਗੇ ਤੇ ਬਹੁਤ ਉੱਚੀਆਂ ਅਵਸਥਾਾਂ ਦੇ ਮਾਲਕ ਹੋਇਆ ਇਹਨਾਂ ਦੇ ਵਿੱਚੋਂ ਇੱਕ ਹਨ ਭਾਈ ਸਰਬਨ ਸਿੰਘ ਹੋਇਆ ਇਹ ਜਿਹੜੇ ਭਾਈ ਸਰਬਣ ਸਿੰਘ ਸੀ ਚਾਹੇ ਇਹਨਾਂ ਦਾ ਨਾਮ ਤੋਂ ਇਲਾਵਾ ਪਤਾ ਟਿਕਾਣਾ ਕਿਸੇ ਨੂੰ ਕੋਈ ਪਤਾ ਨਹੀਂ ਲੱਗਾ ਪਰ ਉੱਚੇ ਬਹੁਤ ਗੁਰਮੁਖ ਅਵਿਆਸੀ ਹੋਇਆ ਇਹਨਾਂ ਦਾ ਰੰਗ ਸ਼ਾਮਲਾ ਸੀਗਾ ਤੇ ਪਰ ਚਿਹਰੇ ਦੇ ਉੱਤੇ ਐਸੀ ਨਾਮ ਦੀ ਕਣੀ ਦੀ ਦਗਦਗ ਸੀਗੀ ਹੈਨਾ ਤੇ ਚਿਹਰੇ ਤੇ ਮੱਥੇ ਦੇ ਵਿੱਚੋਂ ਸੋਨੇ ਰੰਗੀ ਕਿਰਨਾ ਜਿਹੜੀਆਂ ਸੀ ਹਰ ਟਾਈਮ ਚਮਕਦੀਆਂ ਰਹਿੰਦੀਆਂ ਸੀ ਇਸ ਕਰਕੇ ਸੰਗਤ ਨੇ ਇਹਨਾਂ ਦਾ ਨਾਮ ਵੀ ਹੈਨਾ ਸਰਬਣ ਭਾਈ ਸਰਬਣ ਸਿੰਘ ਰੱਖ ਲਿਆ ਸੀਗਾ ਸੋ ਇਹ ਜਿਹੜੇ ਭਾਈ ਸਰਪੰਤ ਸਿੰਘ ਸੀਗੇ ਹਨ ਇਹ ਗੁਰਮੁਖੀ ਵਿਦਿਆ ਤੋਂ ਪੂਰੀ ਤਰ੍ਹਾਂ ਅਣਜਾਣ ਸੀਗੇ ਪਰ ਜਦੋਂ ਇਹ ਅੰਮ੍ਰਿਤਸਰ ਕੇ ਜਥੇ ਦੇ ਵਿੱਚ ਰਲੇ ਆ ਭਾਈ ਸਾਹਿਬ ਭਾਈ ਰਣਜੀਤ ਸਿੰਘ ਹੋਣਾ ਦੇ ਜਥੇ ਤੇ ਰਣ ਤੋਂ ਬਾਅਦ ਇਹ ਸੇਵਾ ਦੇ ਵਿੱਚ ਐਸੇ ਪਰਪੱਕ ਹੋਇਆ ਕਿ ਇਨੀ ਕਦੀ ਪਿੱਛਾ ਮੁੜ ਕੇ ਨਹੀਂ ਦੇਖਿਆ ਝੂਠੇ ਭਾਂਡੇ ਮਾਂਜਣੇ ਬਰਤਨ ਮਾਂਜਣੇ ਝਾੜੂ ਦੇਣਾ ਕਪੜੇ ਸੁਫਾਈ ਕਰਨੇ ਔਰ ਇਥੋਂ ਤੱਕ ਜਥੇ ਦੇ ਸਿੰਘਾਂ ਨੂੰ ਇਸ਼ਨਾਨ ਕਰਾਉਣਾ ਔਰ ਸਭ ਤੋਂ ਪਿੱਛੋਂ ਇਸ਼ਨਾਨ ਕਰਨਾ ਚਾਹੇ ਇਹ ਗਰਵਾਣੀ ਤੋਂ ਬਹੁਤ ਸਖਣੇ ਸਿਗੇ ਪਰ ਇਹਦੇ ਨਾਲ ਇਹਨਾਂ ਨੂੰ ਗਰਵਾਣੀ ਸਰਵਣ ਕਰਨ ਦਾ ਬੜਾ ਸ਼ੌਕ ਹੁੰਦਾ ਸੀਗਾ ਇਸ ਕਰਕੇ ਇਹਨਾਂ ਦਾ ਜਿਹੜਾ ਨਾ ਸੇਵਾ ਦਾ ਤੰਬੂ ਸੀਗਾ ਜਿੱਧਰ ਤਨਤਨ ਸਾਹਿਬ ਸ੍ਰੀ ਗੁਰਗ੍ਰਾਮ ਸਾਹਿਬ ਮਹਾਰਾ ਦਾ ਖੰਡ ਪਾਠ ਰੱਖਿਆ ਹੁੰਦਾ ਸੀ ਉਹਦੇ ਨਾਲ ਹੀ ਹੁੰਦਾ ਸੀਗਾ ਤੇ ਇਹ ਸੇਵਾ ਕਰਦੇ ਹੋਏ ਨਾਲ ਗਰਵਾਣੀ ਸਰਵਣ ਕਰਦੇ ਰਹਿੰਦੇ ਸੀਗੇ ਔਰ ਨਾਮ ਅਭਿਆਸ ਦੀ ਤਰੰਗਣ ਇਹਨਾਂ ਨੂੰ ਚੜੀ ਹੋਈ ਸੀ ਕਿਉਂ ਇਹਨਾਂ ਬਾਰੇ ਬਹੁਤਾ ਕੁਝ ਜਾਣਦਾ ਨਹੀਂ ਸੀ ਖਾਸ ਕਰਕੇ ਜਦ ਸੇਵਾ ਤੋਂ ਵਿਲੇ ਹੋਣਾ ਤੇ ਇਹਨਾਂ ਨੇ ਇਕਾਂਤ ਭਲਣੀ ਕਾਂਤ ਦੇ ਵਿੱਚ ਝੌਂਕੜਾ ਲਾ ਕੇ ਬੈਠੇ ਰਹਿਣਾ ਹੈ ਤੇ ਇਸ ਕਰਕੇ ਇਹਨਾਂ ਦੀ ਅੰਦਰਲੀ ਅਵਸਥਾ ਨੂੰ ਹਨ ਕੋਈ ਜਾਣਦਾ ਨਹੀਂ ਸੀਗਾ ਇੱਕ ਵਾਰ ਕੀ ਹੋਇਆ ਸੀਗਾ ਕਿ ਇੱਕ ਵਾਰ ਜਦੋਂ ਗੁਰੂ ਦੇ ਸਿੰਘ ਕਹਿੰਦੇ ਸੀ ਅਸੀਂ ਆਪਣੀ ਦਸਤਾਰ ਸਜਾਰੇ ਸੀ ਜਦ ਕਹਿੰਦੇ ਹਿੰਦਸਤਾਨ ਸਜਾਰੇ ਸੀ ਤੇ ਕਹਿੰਦੇ ਸਾਡੇ ਨਾਲ ਮੰਜੇ ਤੇ ਬੈਠੇ ਅੱਖਾਂ ਮੀਟ ਕੇ ਬੈਠੇ ਹੋਏ ਸੀ ਅਚਨ ਚ ਜੀਤ ਕਹਿੰਦੇ ਉੱਚੀ ਉੱਚੀ ਬੋਲ ਬੜੇ ਕਰਨ ਲੱਗੇ ਵਾਹਿਗੁਰੂ 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 ਕਹਿੰਦੇ ਅਸੀਂ ਨਾਲ ਤੱਕਿਆ ਤੇ ਇਹਨਾਂ ਦੇ ਚਿਹਰੇ ਤੇ ਬੜੀ ਪਰੇਸ਼ਾਨੀ ਸੀਗੀ ਤੇ ਨਾਲ ਘਬਰਾਹਟ ਸੀ ਕਹਿੰਦੇ ਅਸੀਂ ਇਹਨਾਂ ਨੂੰ ਪੁੱਛ ਲਿਆ ਸੁਭਾਵਕ ਤੌਰ ਤੇ ਭਾਈ ਸਾਹਿਬ ਕਹਿਣ ਲੱਗੇ ਕਿ ਤੁਸੀਂ ਕੋਈ ਸੁਪਨਾ ਦੇਖਿਆ ਹੈਗਾ ਜਿਹਦੇ ਕਰਕੇ ਤੁਸੀਂ ਡਰ ਗਏ ਆ ਕਿੰਨੇ ਜਲ ਇਹ ਨਹੀਂ ਗੱਲ ਹੋਈ ਤੇ ਕਿੰਨੇ ਸਾਡੇ ਨਾਲ ਦੇਖ ਕੇ ਕਹਿਣ ਲੱਗੇ ਕੋਈ ਸਮਝ ਨਹੀਂ ਆਈ ਪਰ ਇਸ ਤਰ੍ਹਾਂ ਪਾਦਸਾ ਜਿਵੇਂ ਬਿਲਕੁਲ ਪ੍ਰਤੱਖ ਹੋਵੇ ਕਿੰਨੇ ਮੈਂ ਇਹਨਾਂ ਨੂੰ ਪੁੱਛਿਆ ਵੀ ਕੀ ਗੱਲ ਹੋਈ ਇਹ ਕਹਿਣ ਲੱਗੇ ਕਿ ਮੈਂ ਹਨਾ ਲੰਗਰ ਦੇ ਵਿੱਚ ਲੰਗਰ ਦੀ ਸੇਵਾ ਕਰ ਰਿਹਾ ਸੀ ਅਚਨ ਚੇਤ ਕਹਿੰਦੇ ਵੀ ਇੱਕ ਕੁੱਤਾ ਜਿਹੜਾ ਸੀਗਾ ਕਹਿੰਦੇ ਉੱਥੇ ਬਿਠਾ ਹੋਇਆ ਸੀ ਅਚਨ ਚੇਤ ਕਹਿੰਦੇ ਇੱਕ ਢਾਡੇ ਵਰਗਾ ਜਿਹੜਾ ਗੁਰਮੁਖ ਪਿਆਰਾ ਸੀ ਕਹਿੰਦੇ ਉਹ ਆ ਰਿਹਾ ਸੀਗਾ ਤੇ ਕਿੰਨੇ ਕੁੱਤੇ ਨੇ ਕੀ ਕੀਤਾ ਉਸ ਗੁਰਮੁਖ ਪਿਆਰੇ ਦੇ ਕਹਿੰਦੇ ਪੱਟ ਦੇ ਲੱਤ ਦੇ ਉੱਤੇ ਪੂਰੀ ਤਰ੍ਹਾਂ ਦੰਦੀ ਵੱਡੀ ਜਦ ਕਹਿੰਦੇ ਦੰਦੀ ਵੱਢਦੇ ਤੇ ਟਿਕੰਡੇ ਲਹੂ ਨੀਂ ਅੰਦਰੀਆਂ ਵਹਿ ਤੁਰੀਆਂ ਤੇ ਕਹਿੰਦੇ ਉਸ ਤੋਂ ਬਾਅਦ ਮੈਂ ਲੰਗਰ ਦੀ ਜਿਹੜੀ ਲੱਕੜ ਚੱਕ ਕੇ ਕਹਿੰਦੇ ਉਸ ਕੁੱਤੇ ਦੇ ਮਾਰੀ ਤਾਂ ਤਾਂ ਤੁਹਾਨੂੰ ਛਡਾਇਆ ਕਹਿੰਦੇ ਇਹ ਦ੍ਰਿਸ਼ ਮੈਂ ਦੇਖਿਆ ਹੈ ਜਦ ਕਹਿੰਦੇ ਇੰਨੀ ਗੱਲ ਹੋਈ ਤਾਂ ਪਾਈ ਸਾਹਿਬ ਹੁਣ ਜਿਹਨਾਂ ਦੇ ਨਾਲੇ ਗੱਲ ਸਾਂਝੀ ਕਰ ਰਹੇ ਸੀ ਕਹਿੰਦੇ ਵੀ ਅਸੀਂ ਚੁੱਪ ਕਰ ਗਏ ਤੇ ਹੈਰਾਨ ਵੀ ਹੋਏ ਵੀ ਇਹ ਨਹੀਂ ਸਾਡਾ ਨਾਂ ਲਿਆ ਵੀ ਸਾਡੇ ਵਰਗਾ ਲੇਕਿਨ ਸਿੱਧਾ ਨਾਂ ਨਹੀਂ ਲਿਆ ਕਹਿੰਦੇ ਅਸੀਂ ਚੁੱਪ ਕਰ ਗਏ ਖੈਰ ਕਿੰਦੇ ਉਸ ਤੋਂ ਅਗਲੇ ਦਿਨ ਦੀ ਗੱਲ ਆ ਕਿ ਅਸੀਂ ਹਨਾ ਕਿ ਸੇ ਜਗਾ ਖੰਡ ਪਾਠ ਸਭ ਕਰਨੇ ਜਾਣਾ ਸਗਾ ਜਿਸ ਜਗਾ ਖੰਡ ਪਾਠ ਕਰਨਾ ਸਗਾ 90 ਤੋਂ 67 ਕਿਲੋਮੀਟਰ ਦੂਰ ਪਿੰਡ ਆ ਪਿੰਡ ਪਿੰਡ ਕਿੰਦੇ ਅਸੀਂ ਜਾ ਕੇ ਪਹਿਲੇ ਦਿਨ ਖੰਡ ਪਾਠ ਸਭ ਦੀ ਤਿਆਰੀ ਕੀਤੀ ਦੂਜੇ ਦਿਨ ਖੰਡ ਪਾਠ ਸਭ ਰੱਖ ਦਿੱਤਾ ਜਦ ਰੱਖਿਆ ਕਿੰਦੇ ਖੰਡ ਪਾਠ ਸਾਹਿਬ ਉਸ ਤੋਂ ਬਾਅਦ ਫਿਰ ਭਾਈ ਸਭ ਕਹਿਣ ਲੱਗੇ ਕਿ ਜਦੋਂ ਮੈਂ ਖੰਡ ਪਾਠ ਸਾਹਿਬ ਤੋਂ ਉੱਠਿਆ ਆਪਣੀ ਬਾਰੀ ਤੋਂ ਉਹ ਠੀਕ ਕਹਿੰਦੇ ਹਜੇ ਇਸੇ ਮਸਤੀ ਦੇ ਵਿੱਚ ਕਹਿੰਦੇ ਵੀ ਮੈਂ ਲੰਗਰ ਛਕਣ ਵਾਸਤੇ ਜਦੋਂ ਤੰਬੂ 'ਚ ਜਾ ਰਿਹਾ ਸੀ ਤੇ ਉਸ ਲੰਗਰ ਦੇ ਹਾਲ ਦੇ ਕੋਲ ਕਹਿੰਦੇ ਇੱਕ ਪੱਕਾ ਹਨਾ ਥੰਮਲਾ ਸੀਗਾ ਉਹ ਥੰਮਲੇ ਦੇ ਪਿੱਛੇ ਕਹਿੰਦੇ ਮੈਨੂੰ ਪਤਾ ਨਹੀਂ ਸੀ ਕੁੱਤਾ ਬੈਠਾ ਹੋਇਆ ਸੀ ਲੇਕਿਨ ਕਹਿੰਦੇ ਮੈਂ ਬਿਨਾਂ ਧਿਆਨ ਕੀਤੇ ਜਦੋਂ ਉਹ ਥੰਮਲੇ ਕੋਲ ਦੀ ਲੰਘਣ ਲੱਗਾ ਅਚਨ ਚੇਤ ਜਿਹੜਾ ਮੇਰਾ ਪੈਰ ਸੀ ਉਹ ਕੁੱਤੇ ਦੇ ਪੈਰ ਦੇ ਉੱਤੇ ਰੱਖ ਹੋ ਗਿਆ ਯਾਦ ਰੱਖ ਹੋਗਾ ਤੇ ਉਸ ਕੁੱਤੇ ਨੇ ਕਹਿੰਦੇ ਜਕਦਮ ਮੇਰੀ ਲੱਤ ਫੜ ਲਈ ਤੇ ਜ਼ੋਰ ਦੀ ਦੰਦੀ ਵੱਢੀ ਜਿਆਦਾ ਦੰਦੀ ਬੁੱਡੀ ਕਹਿੰਦੇ ਦੰਦੀ ਤਾਂ ਮੈਨੂੰ ਕੋਈ ਦਰਦ ਨਹੀਂ ਹੋਇਆ ਪਰ ਹੈਰਾਨੀ ਦੀ ਗੱਲ ਹੋਈ ਵੀਤ ਜਿਹੜੀ ਖੂਨ ਦੀ ਤਤੇਰੀ ਸੀਗੀ ਕਹਿੰਦੇ ਉਹ ਵਹਿ ਤੁਰੇ ਜਿਆਦਾ ਕਹਿੰਦੇ ਖੂਨ ਵਹਿ ਤੁਰਿਆ ਤਾਂ ਕੋਲੀ ਇਹਦੇ ਪਈ ਸਰਬੰਤ ਸਿੰਘ ਜਿਹੜੇ ਸੀ ਉਹ ਲੋਹ ਦੇ ਵਿੱਚ ਕਹਿੰਦੇ ਲੱਕੜਾ ਢਾ ਰਹੇ ਸੀ ਜਦੋਂ ਕਹਿੰਦੇ ਉਹਨਾਂ ਨੇ ਦੇਖਿਆ ਉਹਨਾਂ ਨੇ ਜਕਦਮ ਇੱਕ ਲੱਕੜ ਚੱਕੀ ਤੇ ਕੁੱਤੇ ਦੇ ਬਗਾਵ ਮਾਰੀ ਤੇ ਜਿਹਨੂੰ ਦੇਖ ਕੇ ਕਹਿੰਦੇ ਕੁੱਤਾ ਭੱਜ ਗਿਆ ਫਿਰ ਕਹਿੰਦੇ ਸਾਡੇ ਮੂੰਹ ਉਸ ਟਾਈਮ ਵਾਹ ਵਾਹ ਨਿਕਲਿਆ ਕਿਉਂਕਿ ਮੈਨੂੰ ਕੋਈ ਤਕਲੀਫ ਹੀ ਨਹੀਂ ਹੋਈ ਉਸ ਟਾਈਮ ਪਾ ਮਾ ਖੂਨ ਨਿਕਲ ਰਿਹਾ ਸੀਗਾ ਪਰ ਕਿਸੇ ਤਰ੍ਹਾਂ ਦਾ ਕੋਈ ਦਰਦ ਤਕਲੀਫ ਨਹੀਂ ਹੋਈ ਤੇ ਕਹਿੰਦੇ ਮੇਰੇ ਮੂੰਹ ਉੱਚੀ ਦੇ ਨਹੀਂ ਨਿਕਲਿਆ ਵੀ ਅਜ ਸਿੰਘ ਦਾ ਸੁਪਨਾ ਪੂਰਾ ਹੋ ਗਿਆ ਜਦ ਇਹ ਕਹਿੰਦੇ ਇੰਨੀ ਗੱਲ ਹੋਈ ਉਹ ਨਾਲ ਦੇ ਸਿੰਘਾਂ ਨੇ ਦੇਖਿਆ ਕਹਿੰਦੇ ਉਹ ਵੀ ਭੱਜਿਆ ਮੈਨੂੰ ਫੜ 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 ਕੇ ਕਹਿੰਦੇ ਦੂਸਰੇ ਪਾਸੇ ਲੈ ਗਏ ਖੂਨ ਸਾਫ ਕੀਤਾ ਤੇ ਕਹਿੰਦੇ ਫਿਰ ਉਹਨਾਂ ਨੇ ਉੱਤੇ ਮੌਲਮ ਪੱਟੀ ਕੀਤੀ ਜਦ ਮੌਲਮ ਪੱਟੀ ਕੀਤੀ ਸੀ ਕਹਿੰਦੇ ਮੈਨੂੰ ਸਾਰੇ ਸਿੰਘ ਕਹਿਣ ਲੱਗੇ ਕਿ ਤੁਸੀਂ ਕੀ ਕਹਿ ਰਹੇ ਸਿੰਘ ਦਾ ਸੁਪਨਾ ਪੂਰਾ ਹੋ ਗਿਆ ਗੱਲ ਕੀ ਹੋਈ ਕਿੰਦੇ ਮੈਂ ਦੱਸਿਆ ਮੈਂ ਕਿ ਮੈਂ ਤੁਹਾਨੂੰ ਬਾਅਦ ਦੇ ਵਿੱਚ ਦੱਸਦਾ ਹੈ ਉਹ ਤੋਂ ਬਾਅਦ ਕਹਿੰਦੇ ਫਿਰ ਮੈਂ ਸਾਰੇ ਸੰਗਾਂ ਨੂੰ ਦੱਸਿਆ ਵੀ ਆਹ ਜਿਹੜੀ ਗੱਲ ਮੈਂ ਤੁਹਾਨੂੰ ਦੱਸ ਰਿਹਾ ਹਾਂ ਨਾ ਇਹ ਭਾਈ ਸਰਬਨ ਸਿੰਘ ਹੁਣਾਂ ਨੂੰ ਪਤਾ ਨਾ ਲੱਗੇ ਵੀ ਇਹ ਗੱਲ ਕੀ ਹੋਈ ਹੈ ਕਹਿੰਦੇ ਸਾਰੇ ਹੈਰਾਨ ਨੇ ਉਹ ਕਹਿੰਦੇ ਉਹ ਕੀ ਗੱਲ ਹੋਈ ਫਿਰ ਕਹਿੰਦੇ ਮੈਂ ਨਾਲ ਦੇ ਸੰਗਾਂ ਨੂੰ ਦੱਸਿਆ ਸੀਗਾ ਵੀ ਭਾਈ ਸਰਬਨ ਸਿੰਘ ਹੁਣਾਂ ਨੇ ਮੈਨੂੰ ਇਹ ਜਿਹੜੀ ਘਟਨਾ ਕੁੱਤੇ ਵੱਢਣ ਦੀ ਹੋਣੀ ਸੀ ਹੈਨਾ ਮੈਨੂੰ ਦੋ ਦਿਨ ਪਹਿਲਾਂ ਹੀ ਦੱਸ ਦਿੱਤੀ ਸੀਗੀ ਤੇ ਲੇਕਿਨ ਕਹਿੰਦੇ ਉਹਨਾਂ ਨੇ ਸਿੱਧੇ ਤੌਰ ਤੇ ਮੇਰਾ ਨਾਂ ਨਹੀਂ ਸੀ ਲਿਆ ਪਰ ਇਹਨਾਂ ਆਖਿਆ ਸੀਗਾ ਕਿ ਤੁਹਾਡੇ ਵਰਗਾ ਕੋਈ ਆਦਮੀ ਆ ਰਿਹਾ ਸੀ ਤਾਂ ਉਹਨੂੰ ਕਹਿੰਦੇ ਵੀ ਕੁੱਤੇ ਨੇ ਲੱਤ ਫੜ ਕੇ ਦੰਦੀ ਵੜ ਦਿੱਤੀ ਆ। ਸੋ ਕਹਿੰਦਾ ਫਿਰ ਨਾਲ ਦੇ ਸਿੰਘ ਬੜੇ ਹੈਰਾਨ ਹੋਏ ਪਰ ਸਭ ਨੂੰ ਪਤਾ ਲੱਗਿਆ ਕਿ ਭਾਈ ਸਰਬਨ ਸਿੰਘ ਦੀ ਜਿਹੜੀ ਅੰਦਰਲੀ ਹਾਲਤ ਆ ਉਹ ਇੰਨੀ ਉੱਚੀ ਉੱਚੀ ਆ ਕਿ ਇੰਨੀਆਂ ਰੀਦੀਆਂ ਦੇ ਮਾਲਕ ਹੁੰਦੇ ਹੋਏ ਵੀ ਆਪਣੇ ਆਪ ਨੂੰ ਜਨਾਉਂਦੇ ਨਹੀਂ ਸਦਾ ਸੇਵਾ ਦੇ ਵਿੱਚ ਤਰਪ ਪਰ ਰਹਿੰਦੇ ਹੈਗੇ। ਕਹਿੰਦੇ ਉਸ ਤੋਂ ਬਾਅਦ ਇਹ ਗੱਲ ਹੌਲੀ-ਹੌਲੀ ਸਾਰੇ ਜਥੇ ਦੇ ਵਿੱਚ ਫੈਲ ਗਈ ਤੇ ਸਾਰੇ ਜਥੇ ਵਾਲੇ ਕਹਿੰਦੇ ਬੜੇ ਉਹਨਾਂ ਆਦਰ ਨਾਲ ਦੇਖਦੇ ਹੁੰਦੇ ਸੀ ਫਿਰ ਭਾਈ ਸਾਹਿਬ ਕਹਿਣ ਲੱਗੇ ਸੀਗੇ ਕਿ ਜਦੋਂ ਅਸੀਂ ਹਨ ਜੇਲ੍ਹ ਯਾਤਰਾ ਜਾਣਾ ਸੀਗਾ ਜੇਲ੍ਹ ਯਾਤਰਾ ਜਾਣ ਤੋਂ ਬਾਅਦ ਕਹਿੰਦੇ ਫਿਰ ਸਾਨੂੰ ਫਿਰ ਉਸ ਤੋਂ ਬਾਅਦ ਭਾਈ ਸਰਬਨ ਸਿੰਘ ਦੀ ਕੋਈ ਉਹ ਕਿਸੋਗ ਨਹੀਂ ਪਤਾ ਲੱਗੀ ਵੀ ਉਹ ਕਿੱਥੇ ਚਲ ਗਿਆ ਤੇ ਕੀ ਹਿਸਾਬ-ਕਿਤਾਬ ਉਹਨਾਂ ਦਾ ਹੋਇਆ ਪਰ ਕਹਿੰਦੇ ਮਨ 'ਚ ਇੰਨਾ ਜ਼ਰੂਰ ਯਕੀਨ ਹੋਇਆ ਕਿ ਭਾਈ ਸਰਬਨ ਸਿੰਘ ਜਿਹੜੇ ਹਨ ਉਹ ਲੋਗ ਗਪਨ ਕਰ ਗਏ ਜੇ ਅਗਰ ਹੁੰਦੇ ਤਾਂ ਸਾਨੂੰ ਜ਼ਰੂਰ ਮਿਲਦੇ ਇਸੇ ਤਰ੍ਹਾਂ ਨਾ ਇੱਕ ਭਾਈ ਸੁੰਦਰ ਸਿੰਘ ਹੋਇਆ ਪਿੰਡ ਖੰਜਰਵਾਲ ਨਾ ਧਿਆਣੇ ਦੇ ਲਾਗੇ ਨੇ। ਇਹ ਵੀ ਜਿਹੜੇ ਭਾਈ ਸੁੰਦਰ ਸਿੰਘ ਸਿਗੇ ਹਨ ਇਹ ਗ੍ਰੰਥੀ ਸਿਗੇ 18 ਨੰਬਰ ਸਾਲੇ ਫੌਜ ਦੇ ਵਿੱਚ। ਔਰ ਇਹ ਗ੍ਰੰਥੀ ਹੁੰਦਿਆਂ ਹੋਇਆਂ ਵੀ ਇੰਨਾ ਸ਼ੁੱਧ ਪਾਠ ਕਰਦੇ ਹੁੰਦੇ ਸਿਗੇ ਕਿ ਇਹਨਾਂ ਨੂੰ ਆਪਣੇ ਆਪ ਤੇ ਪਾਠ ਕਰਨ ਦੇ ਉੱਤੇ ਮਾਣ ਹੁੰਦਾ ਸੀਗਾ। ਪਰ ਫੇ ਵੀ ਇਹ ਨਾਮ ਰਸੀ ਸਿਗੇ ਨਾਮ ਅਭਿਆਸੀ ਸਿਗੇ ਉਹ ਖਾਸ ਕਰਕੇ ਭਾਈ ਸਭ ਭਾਈ ਅਰਜਨ ਸਿੰਘ ਜਿਹੜੇ ਬਾਅਦ ਵਿੱਚ ਭੂਰੇ ਵਾਲੇ ਸੰਤ ਹੋਏ ਹਨ। ਉਹਨਾਂ ਦੇ ਸਤਸੰਗੀ ਹੋਏ ਤੇ ਇੱਕ ਵਾਰ ਕਹਿੰਦੇ ਕੀ ਹੋਇਆ ਸੀਗਾ ਭਾਈ ਪਿਆਰਾ ਸਿੰਘ ਜਿਹੜੇ ਜਥੇ ਦੇ ਵਿੱਚ ਕਾਫੀ ਚਿਰ ਜਿਹਨਾਂ ਨੇ ਸੇਵਾ ਕੀਤੀ ਜਿਹੜੇ ਸੁਰਗ ਸੁਧਾਰ ਗਏ ਸੀ ਕਹਿੰਦੇ ਉਹਨਾਂ ਨੇ ਹਨਾ ਭਾਈ ਸੁੰਦਰ ਸਿੰਘ ਉਹਨਾਂ ਦੀ সুপারিশ ਕੀਤੀ ਵੀ ਇਹਨਾਂ ਨੂੰ ਹਨਾ ਅੰਮ੍ਰਿਤ ਛਕਾ ਦਿਓ ਤੇ ਇਹਨਾਂ ਨੂੰ ਅੰਮ੍ਰਿਤ ਛਕਾ ਕੇ ਜਥੇ ਦੇ ਅਖੰਡ ਪਾਠੀਆਂ ਦੇ ਵਿੱਚ ਸ਼ਾਮਲ ਕਰ ਲਓ ਜਦ ਇੰਨੀ ਗੱਲ ਹੋਈ ਸੀ ਫਿਰ ਜਥੇ ਨੇ ਆਖਿਆ ਸੀਗਾ ਕਿ ਚਾਹੇ ਇਹ ਨਾਮ ਬਾਣੀ ਦੇ ਬਹੁਤ ਅਭਿਆਸੀ ਆ ਪਰ ਜਦ ਤੱਕ ਇਹ ਅੰਮ੍ਰਿਤ ਛਕ ਕੇ ਤਿਆਰ ਬਣ ਤਿਆਰ ਸਿੰਘ ਨਹੀਂ ਹੋ ਜਾਂਦੇ ਕਹਿੰਦੇ ਤੱਕ ਜਥੇ ਦੇ ਕਾਨੂੰਨ ਅਨਸਾਰ ਅਸੀਂ ਜਥੇ ਵਿੱਚ ਸ਼ਾਮਲ ਨਹੀਂ ਕਰ ਸਕਦੇ ਉਸ ਤੋਂ ਬਾਅਦ ਕੀ ਹੋਇਆ ਸੀਗਾ ਕਿ ਜਦੋਂ ਭਾਈ ਸੁੰਦਰ ਸਿੰਘ ਹੁਣਾਂ ਨੂੰ ਪਤਾ ਲੱਗਾ ਕਿ ਜਦ ਤੱਕ ਮੈਂ ਤਿਆਰਬਰ ਤਿਆਰ ਸਿੰਘ ਨਹੀਂ ਸਾਜ ਜਾਂਦਾ ਮੈਂ ਜਥੇ ਵਿੱਚ ਸ਼ਾਮਲ ਨਹੀਂ ਹੋ ਸਕਦਾ ਤੇ ਫਿਰ ਭਾਈ ਸੁੰਦਰ ਸਿੰਘ ਹੁਣਾਂ ਨੇ ਦੱਸਿਆ ਸੀਗਾ ਕਹਿੰਦੇ ਵੀ ਮੈਂ ਜ਼ਿੰਦਗੀ 'ਚ ਅਖੰਡ ਪਾਠ ਬਹੁਤ ਸੁਨੇ ਆ ਤੇ ਬਹੁਤ ਕੀਤੇ ਵੀ ਆ ਪਰ ਜਿਹੜਾ ਅਖੰਡ ਪਾਠ ਸਭ ਭਾਈ ਭਾਈ ਸਾਹਿਬ ਭਾਈ ਰੰਤਿਰ ਸਿੰਘ ਦੇ ਜਥੇ ਦੇ ਸੰਗਾਂ ਤੋਂ ਸੁਣਿਆ ਐਸ ਵਾਰਸ ਕਹਿੰਦੇ ਮੈਨੂੰ ਕਦੀ ਨਹੀਂ ਮਿਲਿਆ ਕਦੀ ਪ੍ਰਤੀਤ ਨਹੀਂ ਹੋਇਆ ਉਸ ਤੋਂ ਬਾਅਦ ਦੇਖੋ ਰੱਬ ਨੇ ਐਸੀ ਕਿਰਪਾ ਕੀਤੀ ਭਾਈ ਸੁੰਦਰ ਸਿੰਘ ਉਹਨਾਂ ਨੇ ਜਥੇ ਤੋਂ ਅਮਰ ਸ਼ਾਕੇ ਤਿਆਰ ਵਰ ਤਿਆਰ ਸਿੰਘ ਹੋ ਗਿਆ ਔਰ ਜਿਹੜਾ ਚੂੜੀਦਾਰ ਪਜਾਮਾ ਗ੍ਰੰਥੀ ਸਿੰਘਾ ਦਾ ਸੀਗਾ ਉਹ ਸਾਰਾ ਹੀ ਵਿਸਰ ਗਿਆ ਤੇ ਜਥੇ ਦਾ ਜਿਹੜਾ ਬਾਣਾ ਸੀਗਾ ਧਾਰਨ ਕਰ ਲਿਆ ਜਿਵੇਂ ਜਥੇ ਦਾ ਬਾਣਾ ਧਾਰਨ ਕੀਤਾ ਬਸ ਉਸ ਤੋਂ ਬਾਅਦ ਇਹਨਾਂ ਦਾ ਐਸਾ ਰੰਗ ਚੜਿਆ ਕਿ 1 ਘੰਟਿਆਂ ਬਧੀ ਜਦ ਖੰਡਪਾਤ ਸਾਹਿਬ ਦੇ ਉੱਤੇ ਬੈੰਦੇ ਸੀਗੇ ਤੇ ਕਦੀ ਅੱਖ ਦੇ ਥੱਕਦੇ ਨਹੀਂ ਸੀਗੇ ਇਹਨਾਂ ਨੂੰ ਕੋਈ ਪਤਾ ਨਹੀਂ ਸੀ ਲੱਗਦਾ ਔਰ ਐਸੇ ਨਾਮ ਅਭਿਆਸੀ ਹੋਇਆ ਕਿ ਇਹਨਾਂ ਨੇ ਆਪਣੀ ਅੰਦਰਲੀ ਵਸਤਾ ਦਾ ਕਦੀ ਕਿਸੇ ਦੇ ਨਾਲ ਜ਼ਿਕਰ ਨਹੀਂ ਸੀ ਕੀਤਾ। ਔਰ ਉਸ ਤੋਂ ਬਾਅਦ ਦੱਸਦੇ ਆ ਕਿ ਜਦ ਜੇਲ ਯਾਤਰਾ ਤੋਂ ਬਾਅਦ ਇੱਕ ਵਾਰ ਕਹਿੰਦੇ ਵੀ ਜਦ ਸਾਨੂੰ ਇਹਨਾਂ ਦੀ ਤਲਾਸ਼ ਹੋਈ ਕਿ ਭਾਈ ਸੁੰਦਰ ਸਿੰਘ ਹੁਣਾਂ ਦੇ ਅਸੀਂ ਜ਼ਰੂਰ ਦਰਸ਼ਨ ਕਰੀਏ। ਫੇਰ ਕਹਿੰਦੇ ਸਾਨੂੰ ਪਤਾ ਲੱਗਾ ਕਿ ਭਾਈ ਸੁੰਦਰ ਸਿੰਘ ਹੁਣਾਂ ਇੱਕ ਲੋਗ ਘੜ ਨਾਮੇ ਪਿੰਡ ਹੈਗਾ। ਇਹ ਜਿਹੜਾ ਰਾਏਕੋਟ ਦੇ ਪਾਸ ਹੈਗਾ। ਉਸ ਪਿੰਡ ਦੇ ਇੱਕ ਨਿਰਮਲ ਖਾੜੇ ਦੇ ਮਹੰਤ ਬਣ ਗਏ। ਤਾਂ ਫਿਰ ਭਾਈ ਸਾਹਿਬ ਕਹਿੰਣ ਲੱਗੇ ਕਿ ਜਦੋਂ ਸਾਡਾ ਕਿਤੇ ਪ੍ਰੋਗਰਾਮ ਉੱਧਰ ਬਣਿਆ ਤੇ ਇੱਕ ਵਾਰ ਕਹਿੰਦੇ ਉੱਥੇ ਖੰਡ ਪਟ ਸਾਹਿਬ ਹੋਇਆ ਤੇ ਬਹੁਤ ਸੰਗਤ ਆਈ। ਉਸ ਟਾਈਮ ਕਹਿੰਦੇ ਭਾਈ ਸੁੰਦਰ ਸਿੰਘ ਜਿਹੜੇ ਸੀ ਕਹਿੰਦੇ ਸਾਨੂੰ ਉਸ ਥੇ ਮਿਲੇ। ਜਦ ਕਹਿੰਦੇ ਉਸ ਅਸਥਾਨ ਤੇ ਮਿਲੇ ਆ ਬਸ ਮਿਲਦੇ ਅਨਸਾਰ। ਕਹਿੰਦੇ ਵੀ ਇੰਨੀ ਮਨ ਚ ਖੁਸ਼ੀ ਹੋਈ ਗੱਲ ਬਕੜੀ ਪਈ ਪਰ ਇੰਨਾ ਪਤਾ ਲੱਗਾ ਵੀ ਇਹਨਾਂ ਦਾ ਜਿਹੜਾ ਪਹਿਲਾ ਚਿਹਰਾ ਸੀਗਾ ਜੱਥੇ ਦੇ ਵਿੱਚ ਨਵੇਂ-ਨਵੇਂ ਐ ਸੀ ਉਹਦੇ ਦਾੜੀ ਫੁੱਟਦੀ ਸੀ। ਪਰ ਉਸ ਟਾਈਮ ਪੂਰੀ ਜਿਹੜੀ ਦਾੜੀ ਭਰਪੂਰ ਸੀ ਕਾਲੀ ਸੀਗੀ। ਔਰ ਕਹਿੰਦੇ ਉਸ ਟਾਈਮ ਬੜਾ ਚੁੱਸ ਸਰੀਰ ਸੀਗਾ ਪਰ ਇਸ ਤੋਂ ਬਾਅਦ ਜੇਲ੍ਹ ਜਾਤਰਾ ਤੋਂ ਬਾਅਦ ਆਦੇ ਮੜੇ ਸੀਗੇ ਤਾਂ ਭਾਈ ਸੁੰਦਰ ਸਿੰਘ ਉਹਨਾਂ ਦੇ ਕਹਿੰਦੇ ਵੀ ਜਿਹੜਾ ਸਰੀਰ ਸੀਗਾ ਥੋੜਾ ਭਾਰਾ ਹੋ ਗਿਆ ਸੀ ਗੋਗੜ ਵੀ ਥੋੜੀ ਪੈ ਗਈ ਸੀ ਉਸ ਤੋਂ ਬਾਅਦ ਕਹਿੰਦੇ ਇਹ ਸਾਡੀ ਜਿਹੜੀ ਸੀ ਆਖਰੀ ਮਰਣੀ ਸੀ ਉਸ ਤੋਂ ਬਾਅਦ ਕਹਿੰਦੇ ਫੇ ਅਸੀਂ ਭਾਈ ਸੁੰਦਰ ਸਿੰਘ ਉਹਨਾਂ ਦੇ ਨਾਲ ਇਸ ਮੜਣੀ ਦੇ ਦੌਰਾਨ ਗੱਲ ਕੀਤੀ ਕਿ ਅਜ ਤੋ ਸਿ ਮੜਿਆ ਸਾਡੇ ਬਹੁਤ ਵੱਡੇ ਭਾਗ ਆ ਤੇ ਭਾਈ ਸੁੰਦਰ ਸਿੰਘ ਕਹਿਣ ਲੱਗੇ ਵੀ ਇਹ ਵੀ ਕੋਈ ਦਿਨ ਦਾ ਚਮਤਕਾਰ ਹੈਗਾ ਬਾਕੀ ਅਗਲੀ ਗੱਲ ਹੈ ਬਾਕੀ ਤਾਂ ਸੰਜੋਗੀ ਮੇਲੇ ਹੋਣਗੇ ਜਦ ਵੀ ਕਿਤੇ ਹੋਣਗੇ ਕਹਿੰਦੇ ਉਸ ਤੋਂ ਬਾਅਦ ਸਾਨੂੰ ਪਤਾ ਲੱਗਾ ਕਿ ਭਾਈ ਸੁੰਦਰ ਸਿੰਘ ਉਹਨਾਂ ਨੂੰ ਜਿਹੜਾ ਸੀਗਾ ਹਨ ਉਹ ਸਰੀਰਕ ਦਾ ਇੱਕ ਬਵਸੇ ਰੋਗ ਹੋ ਗਿਆ ਸੀਗਾ ਇਸ ਰੋਗ ਤੋਂ ਬਾਅਦ ਫਿਰ ਭਾਈ ਸੁੰਦਰ ਸਿੰਘ ਵੀ ਜਿਹੜੇ ਸੀਗੇ ਉਹ ਪਰਲੋਕ ਗਵਨ ਕਰ ਗਏ ਸੀਗੇ ਪਰ ਨਾਮ ਅਭਿਆਸ ਦੇ ਵਿੱਚ ਇੰਨੇ ਪਰਪੱਕ ਸੀਗੇ ਜਥੇ ਦੇ ਮਹਤਵੰਦਿਆਂ ਹੋયા ਵੀ ਉਹਨਾਂ ਨੇ ਆਪਣੀ ਜੀਵਨ ਦੇ ਵਿੱਚ ਬੜੀ ਅਨਤਕ ਸੇਵਾ ਕੀਤੀ ਆ ਔਰ ਇਸ ਅਨਤਕ ਸੇਵਾ ਦੇ ਬਦਲੇ ਉਹਨਾਂ ਨੂੰ ਅੱਜ ਵੀ ਜਿਹੜੇ ਆ ਉਹ ਸਮੇਂ ਜਿੰਨੇ ਸਿੰਘ ਹੈਗੇ ਉਹ ਯਾਦ ਕਰਦੇ ਆ ਇਸ ਤਰ੍ਹਾਂ ਕੋਈ ਐਸੀਆਂ ਰੰਗੀਆਂ ਰੂਹਾਂ ਹੁੰਦੀਆਂ ਜਿਹੜੀਆਂ ਆਪਣੇ ਜਿਹੜੇ ਹਨ ਨਿਸ਼ਾਨ ਯਾਦਗਾਰੀ ਤੇ ਉਹ ਪਿੱਛੇ ਛੱਡ ਜਾਂਦੀਆਂ ਤੇ ਇਹੋ ਪਿੱਛੇ ਛੱਡੇ ਹੋਏ ਨਿਸ਼ਾਨ ਸਿੰਘਾਂ ਦੇ ਦਿਲਾਂ ਦੇ ਅੰਦਰ ਸਦਾ ਲਈ ਉੱਕਰ ਜਾਂਦੇ ਆ ਇਸ ਕਰਕੇ ਇਹ ਨਾਮ ਅਭਿਆਸ ਰੰਗਦਤੀਆਂ ਰੂਹਾਂ ਨੂੰ ਅੱਜ ਵੀ ਜਿਹੜੀਆਂ ਸੰਗਤਾਂ ਹੈਗੀਆਂ ਉਹ ਯਾਦ ਕਰਦੀਆਂ ਤੇ ਯਾਦ ਕਰਦੀਆਂ ਰਹਿਣਗੀਆਂ ਸੋ ਦਾਸ ਇੰਨੇ ਹੀ ਰੰਗਰਤੀਆਂ ਰੂਹਾਂ ਦੇ ਦਰਸ਼ਨ ਦੇਦਾਰੇ ਦੇਵ ਜਨ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੋਇਆ ਖੇਮਾ ਦਾ ਜਾਜਕ ਵਾਜੀ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖੇਮਾ ਬਖਸ਼ਣੀ ਸੋਖ ਫਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ